हरदेव सिंह, पिंड कल्याण, तहसील मलेरकोटला, जिला संगरूर जी। जिहड़ी फसल दे विच अज आपां खड़े आ, इहदे विच तुसीं किन्ना डीएपी ते की प्रोडक्ट वरत्या, उहदे रिजल्टां बारे सानूं कुछ जानकारी दिओ। इत्थे जी आपणे 14 एकड़ कणक हैगी है इस खेत च आपणी। 14 एकड़ दे विच 25 किलो एकड़ दे हिसाब नाल डीएपी पाया सी आपां ने, 5 किलो जानी के बिघे दा। ਤੂੰ ਪਹਿਲਾਂ ਤੁਸੀਂ ਕਿੰਨਾ ਡੀਏਪੀ ਪਾਉਂਦੇ ਸੀ? ਇਦੋਂ ਪਹਿਲਾਂ ਅਸੀਂ ਪਾਉਂਦੇ ਆ ਜੀ 55 ਕਿਲੋ ਡੀਏਪੀ। ਹਾਂਜੀ, ਪਰ ਏਕੜ ਦਾ। ਉਹਦੇ ਵਿੱਚ ਐਤਕੀ 25 ਕਿਲੋ ਬਿੱਘੇ ਦਾ ਆਪਣੇ ਏਕੜ ਦਾ ਡੀਏਪੀ ਗਏ। ਉਸ ਸਮੇਂ ਇਹਦੇ ਵਿੱਚ ਕੋਈ ਘਾਟ ਮਹਿਸੂਸ ਜਾਂ ਪਹਿਲਾਂ ਦੀ ਫਸਲ ਨਾਲ ਕੋਈ ਭਿੰਨਤਾ ਇਹਦੀ ਕੀ ਤੁਹਾਨੂੰ ਲੱਗਿਆ? ਦੇਖੋ ਜੀ, ਕ੍ਰੋਪਸ ਤਾਂ ਸੇਮ ਹੀ ਹੈਗੀ ਲੱਗਦੀ ਦੇਖਣ ਨੂੰ ਬਿਲਕੁਲ। ਬਾਕੀ ਕ੍ਰੋਪਸ ਕੋਈ ਦਬੀ ਨਹੀਂ, ਤੇ ਜਿਸ ਤਰ੍ਹਾਂ ਲੋਕਾਂ ਦਾ ਡੀਏਪੀ 100-100 ਕਿਲੋ ਵੀ ਡੀਏਪੀ ਲੋਕ ਪਾਉਂਦੇ ਨੇ, ਉਹਨਾਂ ਦੇ ਮੁਕਾਬਲੇ ਆਪਣੀ ਫਸਲ ਬਲਕਿ ਬਿਹਤਰ ਹੈ। 1 ਨੰਬਰ ਕਣਕ ਖੜੀ ਹੈ ਇਸ ਟਾਈਮ। ਕਣਕ ਤੋਂ ਇਲਾਵਾ ਤੁਸੀਂ ਹੋਰ ਵੀ ਕਿਸੇ ਫਸਲ ਤੇ ਆਰਟੀ ਹਰਬਲ ਬੂਸਟਰ ਵਰਤੇ? ਅਸੀਂ ਵਰਤਿਆ ਜੀ, ਅਸੀਂ ਬਰਸੀਮ ਤੇ ਵੀ ਵਰਤਿਆ ਹੈਗਾ, ਤੇ ਬਰਸੀਮ ਦੇ ਵੀ ਚੰਗੇ ਰਿਜ਼ਲਟ ਨੇ, ਤੇ ਬਾਕੀ ਅਸੀਂ ਮਟਰਾਂ ਨੂੰ ਵੀ ਲਾਇਆ ਸੀ, ਮਟਰਾਂ ਦੇ ਸੀਡ ਦੇ ਵੀ ਚੰਗੇ ਰਿਜ਼ਲਟ ਨੇ, ਤੇ ਲਸਣ ਤੇ ਪਿਆਜ਼ 'ਚ ਵੀ ਇਹਦੀ ਵਰਤੋਂ ਕੀਤੀ ਆ, ਉਹ ਵੀ ਬੈਟਰ ਨੇ। ਕੀ ਆਪਾਂ ਹੁਣ ਆਰਟੀ ਹਰਬਲ ਬੂਸਟਰ ਦਾ ਕਿਸਾਨ ਵੀਰਾਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ? ਮੈਂ ਤਾਂ ਇਹੀ ਗੱਲ ਕਹਿ ਸਕਦਾ ਵੀ ਜੀ, ਅੱਜ ਦੇ ਕੈਮੀਕਲ ਯੁੱਗ ਤੋਂ ਵੀ ਕਿਸਾਨਾਂ ਦਾ ਬਚਾਅ ਹੋ ਸਕਦਾ, ਤੇ ਵਾਤਾਵਰਨ ਤੇ ਜਿੱਥੇ ਜ਼ਮੀਨ ਦੀ ਕੁਆਲਿਟੀ ਹੈ ਉਹਦਾ ਵੀ, ਜ਼ਮੀਨ ਦੀ ਕੁਆਲਿਟੀ ਵੀ ਸਾਂਭੀ ਜਾ ਸਕਦੀ ਹੈ। ਜਿਹੜੀ ਧਰਤੀ ਮਾਤਾ ਇਹਨੂੰ ਤਕਰੀਬਨ ਰਸਾਇਣਾਂ ਤੋਂ ਮੁਕਤ ਕਰਕੇ ਕੁਦਰਤੀ ਆਪਾਂ ਨੂੰ ਤੇ ਔਰ ਮਨੁੱਖਤਾ ਲਈ ਵੀ ਕੁਦਰਤੀ ਅਨਾਜ ਪੈਦਾ ਕੀਤਾ ਜਾ ਸਕਦਾ, ਜਿਹੜਾ ਕਿ ਰਸਾਇਣ ਤੋਂ